ਜੀ ਹਾਂ ਸਾਡੇ ਨਾਲ ਇਸ ਸਮੇਂ ਜੱਸੀ ਮਾਨ ਜੀ ਤੇ ਅਸੀਂ ਜੱਸੀ ਮਾਨ ਜੀ ਨੂੰ ਪੁੱਛਾਂਗੇ ਮਾਹੀ ਫਿਲਮ ਦੇ ਜਿਹੜੇ ਐਕਸਪੀਰੀਅੰਸ ਹੈ ਉਹ ਤੁਹਾਡੇ ਕਿਦਾਂ ਦੇ ਐਕਸਪੀਰੀਅੰਸ ਬਹੁਤ ਚੰਗਾ ਰਿਹਾ ਕਿਉਂਕਿ ਇੱਕ ਚੰਗੇ ਮਕਸਦ ਲਈ ਜਦੋਂ ਆਪਾਂ ਕੰਮ ਕਰਦੇ ਹਾਂ ਤਾਂ ਐਕਸਪੀਰੀਅੰਸ ਹਮੇਸ਼ਾ ਹੀ ਚੰਗਾ ਰਹਿੰਦਾ ਮੁਸ਼ਕਲਾਂ ਆਉਂਦੀਆਂ ਨੇ ਇੱਕ ਚੀਜ਼ ਨੂੰ ਇੱਕ ਚੀਜ਼ ਨੂੰ ਦਿਖਾਉਣ ਲਈ ਪਰ ਓਵਰਆਲ ਸਾਡਾ ਐਕਸਪੀਰੀਅੰਸ ਬਹੁਤ ਚੰਗਾ ਰਿਹਾ ਸਾਡਾ ਕਹਾਣੀ ਨੂੰ ਲਿਖਣ ਤੋਂ ਲੈ ਕੇ ਫਿਲਮ ਦੀ ਪੋਸਟ ਪ੍ਰੋਡਕਸ਼ਨ ਨੂੰ ਲੈ ਕੇ ਰਿਲੀਜ਼ ਤੱਕ ਦਾ ਬਹੁਤ ਪ੍ਰੋਸੈਸ ਹੈ ਜਿਹੜਾ ਹਾਰਡ ਰਿਹਾ ਅਤੇ ਬਹੁਤ ਚੰਗਾ ਰਿਹਾ ਜੇ ਗੱਲ ਕਰੀਏ ਅਸੀਂ ਕਹਾਣੀ ਦੀ ਤੇ ਮਾਹੀ ਫਿਲਮ ਦੀ ਜਿਹੜੀ ਕਹਾਣੀ ਹੈ ਉਹ ਕਿਸ ਤਰ੍ਹਾਂ ਦੀ ਹੈ ਮਾਹੀ ਫਿਲਮ ਦੀ ਕਹਾਣੀ ਇੱਕ ਔਰਤ ਦੀ ਜ਼ਿੰਦਗੀ ਨੂੰ ਬਿਆਨ ਕਰਕੇ ਅਸਲੀ ਕਹਾਣੀ 'ਤੇ ਆਧਾਰਿਤ ਆ ਇੱਕ ਮੁੱਦੇ ਚੱਕੇ ਨੇ ਅਸੀਂ ਨੇ ਔਰਤਾਂ ਲਈ ਕਿ ਜੋ ਅੱਜ ਕੱਲ੍ਹ ਹੋ ਰਿਹਾ ਰੂਰਲ ਏਰੀਆ 'ਚ ਪੇਂਡੂ ਏਰੀਆ 'ਚ ਜੋ ਹੋ ਰਿਹਾ ਉਹਦੇ ਲਈ ਅਸੀਂ ਇੱਕ ਆਵਾਜ਼ ਉਠਾ ਸਕੀਏ ਇੱਕ ਲੜਕੀ ਲਈ ਉਹਨਾਂ ਨੂੰ ਦੱਸ ਸਕੀਏ ਕਿ ਐਜੂਕੇਸ਼ਨ 'ਤੇ ਆਪਣਾ ਸਟੈਂਡ ਲੈਣਾ ਕਿੰਨਾ ਜ਼ਰੂਰੀ ਹੈ ਸਰ ਜਿੱਦਾਂ ਕਿ ਪਿਛਲੇ ਸਮੇਂ ਤੋਂ ਲਗਾਤਾਰ ਅਜਿਹੀਆਂ ਫਿਲਮਾਂ ਬਣਦੀਆਂ ਆ ਰਹੀਆਂ ਨੇ ਜਿਹੜੀਆਂ ਐਜੂਕੇਸ਼ਨ ਦੇ ਨਾਲ ਰਿਲੇਟਡ ਆ ਪਰ ਫਿਰ ਵੀ ਉਹਨਾਂ ਦਾ ਲੋਕਾਂ ਦੇ ਉੱਤੇ ਜ਼ਿਆਦਾ ਪ੍ਰਭਾਵ ਨਹੀਂ ਪੈਂਦਾ ਇਹਦਾ ਮੁੱਖ ਕਾਰਨ ਕੀ ਹੈ ਮੁੱਖ ਕਾਰਨ ਇਹ ਹੈ ਕਿ ਉਹਨਾਂ ਵਾਈਡ ਆਡੀਅੰਸ ਉਹਨਾਂ ਨੂੰ ਨਹੀਂ ਮਿਲ ਪਾਉਂਦੀ ਸਾਡੀ ਹੁਣ ਕੋਸ਼ਿਸ਼ ਇਹੀ ਚੱਲ ਰਹੀ ਹੈ ਅਸੀਂ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ 'ਚ ਬਹੁਤ ਸਾਰੀਆਂ ਜਗ੍ਹਾ 'ਤੇ ਸਕਰੀਨਿੰਗਸ ਕਰ ਰਹੇ ਤਾਂ ਕਿ ਲੋਕ ਅਵੇਅਰ ਹੋ ਸਕਣ ਮੀਡੀਆ ਇਸ ਚੀਜ਼ ਨੂੰ ਹਾਈਲਾਈਟ ਕਰੇ ਅਤੇ ਇਸ ਮੀਡੀਆ ਇਸ ਨਾਲ ਜੁੜੇ ਤਾਂ ਕਿ ਲੋਕਾਂ 'ਚ ਉਹ ਚੇਂਜ ਆ ਸਕੇ ਜੀ ਹਾਂ ਜੇ ਗੱਲ ਕਰੀਏ ਫਿਲਮ ਦੇ ਸੰਗੀਤ ਦੀ ਤੇ ਜਿਹੜਾ ਫਿਲਮ ਦੇ ਵਿੱਚ ਸੰਗੀਤ ਦਿੱਤਾ ਉਹ ਕਿਸ ਤਰ੍ਹਾਂ ਦਾ ਇਸ ਫਿਲਮ 'ਚ ਤੁਹਾਨੂੰ ਦੋ ਪੀਸ ਨਜ਼ਰ ਆਉਣਗੇ ਦੋ ਸੌਂਗਸ ਨਜ਼ਰ ਆਉਣਗੇ ਇੱਕ ਫੀਮੇਲ ਵੋਕਲ ਹੈ ਖੁਸ਼ਪ੍ਰੀਤ ਕੌਰ ਐਂਡ ਇੱਕ ਮੇਲ ਵੋਕਲ ਹੈ ਹੈਪੀ ਥਿੰਦ ਉਹ ਇਮੋਸ਼ਨਸ ਅਤੇ ਇਸ ਕਹਾਣੀ ਨੂੰ ਬਿਆਨ ਕਰਦੇ ਜੀ ਹਾਂ ਜੇ ਅਸੀਂ ਗੱਲਬਾਤ ਕਰਦੇ ਹਾਂ ਕਾਸਟ ਦੀ ਤਾਂ ਪੂਰੀ ਕਾਸਟ ਕਿੱਦਾਂ ਦੀ ਹੈ ਕਿਹੜੇ ਕਿਹੜੀ ਏਜ ਦੇ ਤੁਸੀਂ ਜਿਹੜੇ ਹੈਗੇ ਆ ਬੰਦੇ ਕਾਸਟ ਕੀਤੇ ਆ ਸਾਡੇ 'ਚ ਓਵਰਆਲ ਪੂਰਾ ਪਰਿਵਾਰ ਇੱਕ ਹੁੰਦਾ ਹੈਗਾ ਜਦੋਂ ਕਹਾਣੀ ਦਿਖਾਉਂਦੇ ਇੱਕ ਪਰਿਵਾਰ ਕਾਸਟ ਕਰਨਾ ਪੈਂਦਾ ਹੈਗਾ ਸਾਰੇ ਮੇਨ ਜੋ ਸੀ ਸਾਡਾ ਸੁੱਖੀ ਦਾ ਜੋ ਕਿਰਦਾਰ ਹੈ ਉਸਨੂੰ ਦਿਖਾਉਣ ਲਈ ਅਸੀਂ ਨੇ ਬਹੁਤ ਸਰਚ ਕੀਤਾ ਸਾਨੂੰ ਚਾਹੀਦਾ ਸੀ ਉਸ ਤਰ੍ਹਾਂ ਦਾ ਕਿਰਦਾਰ ਜੋ ਉਸ ਚੀਜ਼ ਨੂੰ ਪੂਰੀ ਤਰ੍ਹਾਂ ਉਸ ਨਾਲ ਜਸਟੀਫਿਕੇਸ਼ਨ ਸਾਨੂੰ ਚਾਹੀਦਾ ਸੀ ਸੁੱਖੀ ਦਾ ਇੱਕ ਕਿਰਦਾਰ ਇੱਕ ਐਸਾ ਐਕਟਰ ਜੋ ਇੱਕ ਜਸਟੀਫਿਕੇਸ਼ਨ ਕਰ ਸਕੇ ਉਸ ਕਰੈਕਟਰ ਦੀ ਤਾਂ ਕਿ ਅਸੀਂ ਚਾਹੁੰਦੇ ਹਾਂ ਕਿ ਉੱਦਾਂ ਦਾ ਹੀ ਚੀਜ਼ਾਂ ਸਥਿਤੀਆਂ ਉਹ ਜਿਹੇ ਕਿਰਦਾਰ ਨਜ਼ਰ ਆਉਣ ਜੋ ਐਕਚੁਅਲ 'ਚ ਹੋਇਆ ਹੈਗਾ ਅਸੀਂ ਨਜ਼ਦੀਕ ਰਹੇ ਹਾਂ ਰਿਐਲਿਟੀ ਜੇ ਗੱਲ ਕਰੀਏ ਤੁਸੀਂ ਯੂਨੀਵਰਸ ਲੈਵਲ ਦੇ ਉੱਤੇ ਦੇਣਾ ਹੋਵੇਗਾ ਕੋਈ ਮੈਸੇਜ ਤਾਂ ਕੀ ਦੇਵੋਗੇ ਸਾਡਾ ਯੂਨੀਵਰਸ ਲੈਵਲ 'ਤੇ ਮੈਸੇਜ ਇਹੀ ਹੈ ਸਭ ਤੋਂ ਵੱਡਾ ਕਿ ਔਰਤਾਂ ਲਈ ਐਜੂਕੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਐਜੂਕੇਸ਼ਨ ਹੋਏਗੀ ਡਿਵੈਲਪਮੈਂਟ ਹੋਏਗੀ ਜਿੰਨੀ ਡਿਵੈਲਪਮੈਂਟ ਹੋਏਗੀ ਤਾਂ ਮੈਂਟਲੀ ਔਰਤਾਂ ਨੇ ਜਿਹੜੀਆਂ ਬਹੁਤ ਸਟਰੋਂਗ ਹੋ ਜਾਣਗੀਆਂ ਅਤੇ ਆਪਣੇ ਲਈ ਸਟੈਂਡ ਲੈ ਸਕਣਗੀਆਂ ਬੇਸਿਕ ਐਜੂਕੇਸ਼ਨ ਹੈ ਅਤੇ ਆਪਣੇ ਲਈ ਸਟੈਂਡ ਲੈ ਸਰ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਆ ਅਗਰ ਉਹਨਾਂ ਨੇ ਤੁਹਾਡੀ ਮਾਹੀ ਫਿਲਮ ਦੇਖਣੀ ਹੋਵੇ ਤਾਂ ਉਹ ਕੀ ਕਰਨ ਹਾਂਜੀ ਇਹ ਫਿਲਮ ਬਹੁਤ ਜਲਦ ਵਾਈਟ ਹਿਲ ਸਟੂਡੀਓਜ਼ ਬੈਨਰ ਦੇ ਅੰਡਰ ਯੂਟਿਊਬ ਅਤੇ ਚੈਨਲ 'ਤੇ ਬਹੁਤ ਜਲਦ ਜੀ ਹਾਂ ਯੂਟਿਊਬ ਚੈਨਲ ਦੇ ਉੱਤੇ ਜਲਦੀ ਹੋਏਗੀ ਇਹ ਫਿਲਮ ਰਿਲੀਜ਼ ਤੋਂ ਦੋਸਤੋ ਦੇਖਣਾ ਨਾ ਭੁੱਲਣਾ ਮਾਹੀ ਫਿਲਮ ਸਾਡੇ ਨਾਲ ਹੈ ਉਹਨਾਂ ਦੇ ਇੱਕ ਹੋਰ ਮੈਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਹ ਫਿਲਮ ਦਾ ਐਕਸਪੀਰੀਅੰਸ ਸਾਡਾ ਮਿਲੇ ਆਪਣਾ ਨਾਮ ਹੈ ਮੇਰਾ ਨਾਮ ਬਾਬਰ ਖਾਨ ਹੈ ਜੀ ਹਾਂਜੀ ਆਪਣਾ ਮੇਨ ਕਰੈਕਟਰ ਕੀ ਹੈ ਇਸ ਫਿਲਮ ਮੇਰਾ ਇਸ ਫਿਲਮ ਦੇ ਵਿੱਚ ਹੈਗਾ ਜੋ ਲੜਕੀ ਹੈ ਨਾ ਹਾਂਜੀ ਜਿਸ ਨਾਲ ਜੋ ਟ੍ਰੈਜਡੀ ਹੁੰਦੀ ਹੈ ਮੈਂ ਉਹਦੇ ਹਸਬੰਡ ਦਾ ਰੋਲ ਕਰ ਰਿਹਾ ਹਾਂ ਅੱਛਾ ਹਾਂਜੀ ਤੇ ਇਹਦੀ ਸਟੋਰੀ ਕੀ ਇਸ ਮੈਸੇਜ ਕੀ ਹੈ ਦਾ ਇਹ ਇਹਦੇ ਵਿੱਚ ਇਹ ਮੈਸੇਜ ਦਿੱਤਾ ਗਿਆ ਕਿ ਜੋ ਔਰਤਾਂ ਨਾਲ ਤੋ ਤਸ਼ੱਦਦ ਹੁੰਦੀ ਹੈਗੀ ਨਾ ਸਮਾਜ ਦੇ ਵਿੱਚ ਉਹਨੂੰ ਅਸੀਂ ਕਿਵੇਂ ਠੱਲ ਪਾ ਸਕਦੇ ਦਰਅਸਲ ਇਹਦੇ ਵਿੱਚ ਇੱਕ ਤਰੀਕੇ ਨਾਲ ਜਦ ਤੱਕ ਸਾਨੂੰ ਅਹਿਸਾਸ ਨਹੀਂ ਹੁੰਦਾ ਕਿਸ ਚੀਜ਼ ਦਾ ਜਦੋਂ ਸਾਹਮਣੇ ਕੋਈ ਟੋਆ ਟੁੱਟਿਆ ਹੋਇਆ ਅਸੀਂ ਕਿਸੇ ਨੂੰ ਕਹਿ ਦਈਏ ਭਾਈ ਅੱਗੇ ਜਾਣਾ ਨਹੀਂ ਹੈ ਉੱਥੇ ਅਤੇ ਉਹ ਫਿਰ ਵੀ ਚਲਾ ਜਾਂਦਾ ਜਦੋਂ ਡਿੱਗਦਾ ਉਹਦੇ ਵਿੱਚ ਉਹਨੂੰ ਫਿਰ ਪਤਾ ਲੱਗਦਾ ਸੋ ਇਸ ਤਰੀਕੇ ਅਸੀਂ ਇੱਕ ਦਿਖਾਇਆ ਮੈਸੇਜ ਦਿੱਤਾ ਵੀ ਇਸ ਤਰੀਕੇ ਨਾਲ ਵੀ ਸਮਾਜ ਦੇ ਵਿੱਚ ਔਰਤਾਂ ਨਾਲ ਹੋ ਰਿਹਾ ਅਤੇ ਉਸਨੂੰ ਵੀ ਆਪਣਾ ਅਹਿਸਾਸ ਕਰੋ ਕਿ ਇਹ ਆਪਾਂ ਰੋਕ ਸਕੀਏ ਉਸ ਚੀਜ਼ ਨੂੰ ਇਹ ਇੱਕ ਮੈਸੇਜ ਦਿੱਤਾ ਉਹਦੇ ਵਿੱਚ ਭਾਈ ਆਪਣਾ ਸ਼ੁਭ ਨਾਮ ਕੀ ਮੇਰਾ ਨਾਮ ਕਰਮਜੀਤ ਮੋਹਰ ਹੈ ਕਰਮਜੀਤ ਜੀ ਆਪਣਾ ਇਸ ਫਿਲਮ ਦੇ ਵਿੱਚ ਕਿਸ ਤਰ੍ਹਾਂ ਦਾ ਰੋਲ ਹੈ ਮੇਰਾ ਇਸ ਫਿਲਮ ਦੇ ਵਿੱਚ ਮਾਹੀ ਫਿਲਮ ਦੇ ਵਿੱਚ ਨੈਗੇਟਿਵ ਕਿਰਦਾਰ ਹੈਗਾ ਮੈਂ ਨੈਗੇਟਿਵ ਕਿਰਦਾਰ ਅਦਾ ਰੋਲ ਕੀਤਾ ਗਾ ਉਸ ਦੇ ਵਿੱਚ ਨੈਗੇਟਿਵ ਇਹ ਸੀ ਕਿ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਹੁੰਦਾ ਜਦੋਂ ਕੋਈ ਘਟਨਾ ਨੂੰ ਅੰਜਾਮ ਦਿੰਦਾ ਉਦੋਂ ਉਹਦੇ ਨਾਲ ਇੱਕ ਨਾ ਹੋਰ ਹੁੰਦਾ ਕੋਈ ਨਾ ਕੋਈ ਪਰਸਨ ਹੋਰ ਜੁੜਿਆ ਹੁੰਦਾ ਕਿਸੇ ਨਾ ਕਿਸੇ ਕਹਾਣੀ ਦੇ ਨਾਲ ਕੋਈ ਨਾ ਕੋਈ ਬੰਦਾ ਹੋਰ ਜੁੜਿਆ ਹੁੰਦਾ ਜਿਸ ਕਰਕੇ ਉਹ ਘਟਨਾ ਨੂੰ ਅੰਜਾਮ ਦਿੰਦਾ ਤੇ ਜੇ ਆਪਾਂ ਸਟੋਰੀ ਦੀ ਗੱਲ ਕਰੀਏ ਤੇ ਇਹ ਸਟੋਰੀ ਕਿੰਨਾਂ ਦੀ ਲਿਖੀ ਹੋਈ ਹੈ ਇਹ ਸਟੋਰੀ ਡਾਇਰੈਕਟਰ ਜੱਸੀ ਮਾਨ ਨੇ ਲਿਖੀ ਹੋਈ ਹੈ ਤੇ ਡਾਇਰੈਕਟਰ ਵੀ ਜੱਸੀ ਮਾਨ ਨੇ ਤੇ ਇਸ ਫਿਲਮ ਦੇ ਵਿੱਚ ਟੋਟਲ ਸੌਂਗ ਕਿੰਨੇ ਨੇ ਇਸ ਫਿਲਮ ਦੇ ਵਿੱਚ ਦੋ ਸੌਂਗ ਨੇਗੇ ਇੱਕ ਹੈਪੀ ਹੈਪੀ ਤੇ ਗਾਏਗਾ ਇੱਕ ਖੁਸ਼ਪ੍ਰੀਤ ਜੀ ਨੇ ਜਿਸ ਤੱਕ ਅਸੀਂ ਸੁਣਿਆ ਕਿ ਇਸ ਫਿਲਮ ਦੇ ਵਿੱਚ ਕਮੇਡੀ ਤਾਂ ਬਿਲਕੁਲ ਹੀ ਨਹੀਂ ਹੈ ਤੇ ਐਕਸ਼ਨ ਵੀ ਨਹੀਂ ਹੈ ਇਸ ਫਿਲਮ ਦੇ ਵਿੱਚ ਕਿਉਂਕਿ ਇਹ ਇੱਕ ਆਰਟ ਮੂਵੀ ਹੈਗੀ ਇਹ ਆਰਟ ਨਾਲ ਜ਼ਿਆਦਾ ਸੰਬੰਧ ਰੱਖਦੀ ਹੈ ਕਿ ਐਕਸ਼ਨ ਮੂਵੀ ਹੈ